ਕੁਛ ਜਿਹੜੀਆਂ ਗੱਲ ਪੁਰਾਣੀਆਂ ਚੀਜ਼ਾਂ ਸੀ ਸਾਨੂੰ ਡਿਸਕ੍ਰਾਈਬ ਕੀਤਾ ਜਾ ਰਿਹਾ ਸੀਗਾ ਉਹ ਸਾਰੀਆਂ ਕਿਤੇ ਨਾ ਕਿਤੇ ਜਿਹੜੀਆਂ ਗਲਤ ਸਿੱਧ ਚੁੱਕੀਆਂ ਉਹ ਸਾਨੂੰ ਪਤਾ ਹੋਣੀ ਚਾਹੀਦੀਆਂ ਨੇ। ਜਿਸ ਤਰ੍ਹਾਂ ਮੈਂ ਜਦੋਂ ਛੋਟਾ ਸੀਗਾ ਤਾਂ ਡਾਂਡੇ ਘਿਓ ਬਣਿਆ ਸੀਗਾ, ਡਾਂਡਾ ਘਿਓ ਬਹੁਤ ਚੰਗਾ ਹੁੰਦਾ। ਅੱਜ ਹੌਲੀ ਹੌਲੀ ਉਹਦਾ ਸ਼ੁਰੂ ਹੋ ਗਿਆ ਕਿ ਡਾਂਡਾ ਘਿਓ ਸਭ ਤੋਂ ਨਿਕਲਦਾ, ਫਿਰ ਰਿਫਾਇੰਡ ਲਿਆ, ਅੱਜ ਰਿਫਾਇੰਡ ਸਿੱਧ ਹੋ ਗਿਆ ਕਿ ਰਿਫਾਇੰਡ ਵੀ ਨਿਕਲਦਾ। ਸੋ ਤੇਲ ਕਿਹੜੇ ਚੰਗੇ ਨੇ? ਕੱਚੀ ਕਣੀ ਦੇ ਫਰੈਸ਼ ਆਇਲਸ, ਤਾਜ਼ੇ ਕੱਢੇ ਹੋਏ ਬਿਨਾਂ ਪ੍ਰੋਸੈਸਿੰਗ ਤੋਂ, ਦੇਸੀ ਘੀ ਨੂੰ ਛੱਡ ਕੇ ਕੋਈ ਵੀ ਤੇਲ ਜਿਹੜਾ ਉਹ ਠੰਡੇ ਕੋਲ ਰਾਹੀਂ ਕੱਢਿਆ ਗਿਆ ਹੋਵੇ। ਠੰਡੇ ਕੋਲੂ ਦੀ ਸ਼ਾਇਦ ਕੁਛ ਲੋਕਾਂ ਨੂੰ ਹੋਵੇ ਕਿ ਨਾ ਪਤਾ ਹੋਵੇ, ਜਿਹੜਾ ਸਾਡਾ ਪੁਰਾਣਾ ਬੈਲ ਵਾਲਾ ਕੋਲੂ ਸੀਗਾ, ਹਾਂ ਉਹ ਜਿਹੜਾ ਝੁੱਟਾ ਜਾਂ ਬੈਲ ਘੁੰਮਦਾ ਸੀ ਹੌਲੀ ਹੌਲੀ, ਲੱਕੜ ਦਾ ਸਾਰਾ ਸਮਾਨ ਬੈਠੇ ਦੇ ਵਿੱਚ ਉਹ ਜੇ ਲੱਕੜ ਦੇ ਘੁੰਮਦਾ ਸੀ ਤਾਂ ਤੇਲ ਗਰਮ ਨਹੀਂ ਸੀ ਹੁੰਦਾ। ਮਤਲਬ ਉੱਦਾਂ ਤਾਂ ਹੁਣ ਮੋਟਰਾਈਜ਼ ਵੀ ਬਣ ਗਿਆ, ਮੋਟਰ 'ਤੇ ਬਣ ਗਿਆ, ਛੋਟੀਆਂ ਮਸ਼ੀਨ ਮੋਟਰਾਂ ਬਣ ਗਈਆਂ ਜਿਹਦੇ 'ਚ ਲੱਕੜ ਦਾ ਹੀ ਬਣਾਤਾ ਉਹਨੇ, ਲੱਕੜ 'ਚ ਹੀ ਘੁੰਮ ਕੇ ਤੇਲ ਨਿਕਲਦਾ, ਉਸ 'ਚੋਂ ਤੇਲ ਗਰਮ ਨਹੀਂ ਹੁੰਦਾ ਕਿਉਂਕਿ ਵੈਜੀਟੇਬਲ ਆਇਲ ਜਿਹੜੇ ਨੇ ਜਦੋਂ ਗਰਮ ਹੋ ਜਾਂਦੇ ਆ ਤਾਂ ਇਹ ਜਰੀਲੇ ਹੋ ਜਾਂਦੇ ਆ। ਕੋਸ਼ਿਸ਼ ਕਰਨੀ ਹੈ ਜਿੰਨੇ ਤੇਲ ਵੈਜੀਟੇਬਲ ਆਇਲ ਜਿਹੜੇ ਬਿਨਾਂ ਗਰਮ ਕਰੇ ਖਾਏ ਜਾਂ ਵੱਧ ਤੋਂ ਵੱਧ ਸਿੰਗਲ ਹੀਟਿੰਗ ਹੋਵੇ, ਔਰ ਸਿੰਗਲ ਹੀਟਿੰਗ ਵੀ ਉਦੋਂ ਇੱਦਾਂ ਦੀ ਹੋਵੇ ਜਿਹੜੀ ਜਲਾਉਣ ਵਾਲੀ ਨਾ ਹੋਵੇ, ਆਪਾਂ ਜਿਹੜਾ ਸਾੜਦੇ ਹਾਂ ਉਹ ਨਾ ਹੋਵੇ। ਮੰਨ ਲਓ ਪਹਿਲਾਂ ਆਪਾਂ ਕਿਸੇ ਚੀਜ਼ ਨੂੰ ਬਾਲ ਲਿਆ, ਬਾਅਦ 'ਚ ਉੱਪਰੋਂ ਪਾ ਦਿਓ ਚੀਜ਼।